ਗੁਰਬਾਣੀ ਪੜ੍ਹਦੇ ਹਾਂ, ਜਿਹੜੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ੍ਹ ਸਕਦੇ, ਉਹ ਗੁਟਕਾ ਸਾਹਿਬ ਤਾਂ ਪੜ੍ਹਦੇ ਹੀ ਨੇ ਨਾ, ਉਹਦੇ 'ਚ ਥਾਂ ਥਾਂ 'ਤੇ ਇੱਕ ਜ਼ਿਕਰ ਆਉਂਦਾ, ਇੱਕ ਸ਼ਬਦ ਆਉਂਦਾ ਜਿਹਨੂੰ ਨਾ ਤਾਂ ਅਸੀਂ ਕਦੇ ਵਿਚਾਰਿਆ, ਨਾ ਕਦੇ ਉਹਦਾ ਅਰਥ ਸਮਝਿਆ, ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਟ ਸਮਝੀ ਹੈ, ਉਹ ਹੈ ਰਹਾਓ। ਰਹਾਓ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉੱਥੇ ਰਹਾਓ ਲਿਖਤਾ, ਉਹਦਾ ਮਤਲਬ ਹੈ ਠਹਿਰਾਓ, ਪੜ੍ਹਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹਦੇ 'ਤੇ ਵਿਚਾਰ ਕਰ ਲਓ, ਅੱਗੇ ਚੱਲਿਓ। ਅਸੀਂ ਬਾਣੀ 'ਚੋਂ ਤਾਂ ਕੀ ਸਮਝਣਾ, ਅਸੀਂ ਰਹਾਓ 'ਚੋਂ ਨਹੀਂ ਸਮਝਿਆ ਕਦੇ ਕੁਛ। ਸੋ ਜ਼ਿੰਦਗੀ 'ਚ ਇੱਕ ਰਹਾਓ ਚਾਹੀਦਾ, ਜ਼ਿੰਦਗੀ 'ਚ ਠਹਿਰਾਓ ਚਾਹੀਦਾ, ਫਿਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ। ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ, ਜਾਂ ਸ਼ਿਕਾਇਤ ਕਰਨ ਅਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ, ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ। ਗੁਰਬਾਣੀ ਪੜ੍ਹਦੇ ਹਾਂ, ਜਿਹੜੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ੍ਹ ਸਕਦੇ, ਉਹ ਗੁਟਕਾ ਸਾਹਿਬ ਤਾਂ ਪੜ੍ਹਦੇ ਹੀ ਨੇ ਨਾ, ਉਹਦੇ 'ਚ ਥਾਂ ਥਾਂ 'ਤੇ ਇੱਕ ਜ਼ਿਕਰ ਆਉਂਦਾ, ਇੱਕ ਸ਼ਬਦ ਆਉਂਦਾ ਜਿਹਨੂੰ ਨਾ ਤਾਂ ਅਸੀਂ ਕਦੇ ਵਿਚਾਰਿਆ, ਨਾ ਕਦੇ ਉਹਦਾ ਅਰਥ ਸਮਝਿਆ, ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਟ ਸਮਝੀ ਹੈ, ਉਹ ਹੈ ਰਹਾਓ। ਰਹਾਓ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉੱਥੇ ਰਹਾਓ ਲਿਖਤਾ, ਉਹਦਾ ਮਤਲਬ ਹੈ ਠਹਿਰਾਓ, ਪੜ੍ਹਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹਦੇ 'ਤੇ ਵਿਚਾਰ ਕਰ ਲਓ, ਅੱਗੇ ਚੱਲਿਓ। ਅਸੀਂ ਬਾਣੀ 'ਚੋਂ ਤਾਂ ਕੀ ਸਮਝਣਾ, ਅਸੀਂ ਰਹਾਓ 'ਚੋਂ ਨਹੀਂ ਸਮਝਿਆ ਕਦੇ ਕੁਛ। ਸੋ ਜ਼ਿੰਦਗੀ 'ਚ ਇੱਕ ਰਹਾਓ ਚਾਹੀਦਾ, ਜ਼ਿੰਦਗੀ 'ਚ ਠਹਿਰਾਓ ਚਾਹੀਦਾ, ਫਿਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ। ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ, ਜਾਂ ਸ਼ਿਕਾਇਤ ਕਰਨ ਅਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ, ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ। ਗੁਰਬਾਣੀ ਪੜ੍ਹਦੇ ਹਾਂ, ਜਿਹੜੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ੍ਹ ਸਕਦੇ, ਉਹ ਗੁਟਕਾ ਸਾਹਿਬ ਤਾਂ ਪੜ੍ਹਦੇ ਹੀ ਨੇ ਨਾ, ਉਹਦੇ 'ਚ ਥਾਂ ਥਾਂ 'ਤੇ ਇੱਕ ਜ਼ਿਕਰ ਆਉਂਦਾ, ਇੱਕ ਸ਼ਬਦ ਆਉਂਦਾ ਜਿਹਨੂੰ ਨਾ ਤਾਂ ਅਸੀਂ ਕਦੇ ਵਿਚਾਰਿਆ, ਨਾ ਕਦੇ ਉਹਦਾ ਅਰਥ ਸਮਝਿਆ, ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਟ ਸਮਝੀ ਹੈ, ਉਹ ਹੈ ਰਹਾਓ। ਰਹਾਓ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉੱਥੇ ਰਹਾਓ ਲਿਖਤਾ, ਉਹਦਾ ਮਤਲਬ ਹੈ ਠਹਿਰਾਓ, ਪੜ੍ਹਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹਦੇ 'ਤੇ ਵਿਚਾਰ ਕਰ ਲਓ, ਅੱਗੇ ਚੱਲਿਓ। ਅਸੀਂ ਬਾਣੀ 'ਚੋਂ ਤਾਂ ਕੀ ਸਮਝਣਾ, ਅਸੀਂ ਰਹਾਓ 'ਚੋਂ ਨਹੀਂ ਸਮਝਿਆ ਕਦੇ ਕੁਛ। ਸੋ ਜ਼ਿੰਦਗੀ 'ਚ ਇੱਕ ਰਹਾਓ ਚਾਹੀਦਾ, ਜ਼ਿੰਦਗੀ 'ਚ ਠਹਿਰਾਓ ਚਾਹੀਦਾ, ਫਿਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ। ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ, ਜਾਂ ਸ਼ਿਕਾਇਤ ਕਰਨ ਅਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ, ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ। ਗੁਰਬਾਣੀ ਪੜ੍ਹਦੇ ਹਾਂ, ਜਿਹੜੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ੍ਹ ਸਕਦੇ, ਉਹ ਗੁਟਕਾ ਸਾਹਿਬ ਤਾਂ ਪੜ੍ਹਦੇ ਹੀ ਨੇ ਨਾ, ਉਹਦੇ 'ਚ ਥਾਂ ਥਾਂ 'ਤੇ ਇੱਕ ਜ਼ਿਕਰ ਆਉਂਦਾ, ਇੱਕ ਸ਼ਬਦ ਆਉਂਦਾ ਜਿਹਨੂੰ ਨਾ ਤਾਂ ਅਸੀਂ ਕਦੇ ਵਿਚਾਰਿਆ, ਨਾ ਕਦੇ ਉਹਦਾ ਅਰਥ ਸਮਝਿਆ, ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਟ ਸਮਝੀ ਹੈ, ਉਹ ਹੈ ਰਹਾਓ। ਰਹਾਓ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉੱਥੇ ਰਹਾਓ ਲਿਖਤਾ, ਉਹਦਾ ਮਤਲਬ ਹੈ ਠਹਿਰਾਓ, ਪੜ੍ਹਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹਦੇ 'ਤੇ ਵਿਚਾਰ ਕਰ ਲਓ, ਅੱਗੇ ਚੱਲਿਓ। ਅਸੀਂ ਬਾਣੀ 'ਚੋਂ ਤਾਂ ਕੀ ਸਮਝਣਾ, ਅਸੀਂ ਰਹਾਓ 'ਚੋਂ ਨਹੀਂ ਸਮਝਿਆ ਕਦੇ ਕੁਛ। ਸੋ ਜ਼ਿੰਦਗੀ 'ਚ ਇੱਕ ਰਹਾਓ ਚਾਹੀਦਾ, ਜ਼ਿੰਦਗੀ 'ਚ ਠਹਿਰਾਓ ਚਾਹੀਦਾ, ਫਿਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ। ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ, ਜਾਂ ਸ਼ਿਕਾਇਤ ਕਰਨ ਅਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ, ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ।